ਆ ਵੇਖੋ ਜੀ ਇਧਰ ਆ ਜਾਓ ਮਿਲ ਗਿਆ ਅੱਛਾ ਤੂੰ ਹੋਰ ਦੁਕਾਨ ਨਿਆਣੇ ਇੰਨੀ ਖੱਪ ਪਾਉਂਦੇ ਨੇ ਉਦੋਂ ਦਾ ਰੋਲਾ ਪਾਇਆ ਅਸੀਂ ਆਏ ਹਾਂ ਸੂਟ ਲੈ ਪਹਿਲਾਂ ਹੋ ਕੇ ਗਏ ਸੂਟ ਦੇ ਕੇ ਥੋੜ੍ਹਾ ਸੂਟ ਦੀ ਸੈਟਿੰਗ ਕਰਾਉਣੀ ਸੀ ਦੁਬਾਰਾ ਆਏ ਹਾਂ ਅਤੇ ਹੈਲੋ ਗਾਈਜ਼ ਵੈਲਕਮ ਟੂ ਬੈਕ ਇਨ ਮਾਈ ਅਨਦਰ ਵਲੋਗ ਅਤੇ ਜਿੱਦਾਂ ਕਿ ਤੁਹਾਨੂੰ ਪਤਾ ਵੀ ਫੰਕਸ਼ਨ ਇੱਕ ਦਿਨ ਰਹਿ ਗਿਆ ਵਾ ਅਤੇ ਬਾਕੀ ਮੰਮੀ ਹੋਣੀ ਕਿਹਾ ਸ਼ਹਿਰ ਸਮਾਨ ਵਗੈਰਾ ਲੈਣ ਬਹੁਤ ਸਮਾਨ ਵਗੈਰਾ ਹੈ ਨਾ ਜ਼ਰੂਰਤ ਪੈਂਦੀ ਪਈ ਹੈ ਅਤੇ ਮੈਂ ਸੁੱਤੀ ਸੀ ਅਤੇ ਪਤਾ ਨਹੀਂ ਨਿਸ਼ਾਨ ਪੈ ਗਿਆ ਤੁਹਾਨੂੰ ਮੈਂ ਦਿਖਾਉਂਦੀ ਹਾਂ ਵੀ ਕਿਹੜਾ ਕਿਹੜਾ ਸਮਾਨ ਆਪਾਂ ਲੈ ਆਉਂਦਾ ਅਤੇ ਗਾਈਜ਼ ਗੱਦੇ ਦੇਖੋ ਆਪਾਂ ਲੈ ਆਉਂਦੇ ਹਾਂ ਗੱਦੇ ਵੀ ਲੈ ਆਉਂਦੇ ਆ ਪਲੇਟਾਂ ਵਗੈਰਾ ਸਭ ਕੁਛ ਇੱਚ ਰੋਟੀ ਬਣਾਉਣੀ ਆ ਸਟੈਂਡ ਕੁਰਸੀਆਂ ਅਤੇ ਰਜਾਈਆਂ ਵੀ ਲੈ ਆਉਂਦੀਆਂ ਅਤੇ ਬਸ ਸਭ ਕੁਛ ਲੈ ਆਉਂਦਾ ਵਾ ਅਤੇ ਬਾਕੀ ਹੁਣ ਉਹ ਗਏ ਆ ਬਾਜ਼ਾਰ ਮੈਨੂੰ ਲੱਗ ਰਹੀ ਸੀ ਬਹੁਤ ਠੰਡ ਅਤੇ ਫਿਰ ਮੈਂ ਹੁਣ ਪਾ ਲਈਆਂ ਨੇ ਸੋਕਸ ਅਤੇ ਬਾਕੀ ਆ ਪਾਣੀ ਦੀਆਂ ਬੋਤਲਾਂ ਵੀ ਲੈਂਦੀਆਂ ਨੇ ਇਹਨਾਂ ਨੇ ਲਗਾਈਆਂ ਨੇ ਇੱਥੇ ਆਹ ਕੀ ਚੀਜ਼ ਆ ਇਹ ਸ਼ਾਇਦ ਮੇਜ਼ 'ਤੇ ਲਗਾਉਣ ਵਾਲਾ ਵਾ ਹੈ ਨਾ ਮੇਰੇ ਹੋ ਰਹੀ ਸੀ ਬਹੁਤ ਹੀ ਤੇਜ਼ ਸਿਰ ਦਰਦ ਅਤੇ ਮੈਂ ਪੀਣ ਲੱਗੀ ਹਾਂ ਕੌਫੀ ਅਤੇ ਫੋਨ ਲਗਾਉਣ ਲੱਗੀ ਹਾਂ ਚਾਰਜ ਤੁਹਾਨੂੰ ਮਿਲਦੇ ਹਾਂ ਹੁਣ ਰਾਤੀ ਜਦੋਂ ਸਾਰੇ ਜਣੇ ਆ ਜਾਂਦੇ ਆ ਅਤੇ ਫਿਰ ਕੀ ਸਮਾਨ ਵਗੈਰਾ ਲਿਆਉਂਦਾ ਕੀ ਪ੍ਰੋਗਰਾਮ ਚੱਲਦਾ ਪਿਆ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਠੀਕ ਹੈ ਅਤੇ ਲੋ ਗਾਈਜ਼ ਹੁਣ ਅਸੀਂ ਸੀਂਦੇ ਪਏ ਹਾਂ ਬਾਬੇ ਦਾ ਸ਼ਾਰਟ ਝੰਡੇ ਅਤੇ ਭੈਣ ਮੇਰੀ ਟੇਲਰ ਵੀ ਆ ਜੇ ਸਵਾਣੇ ਹੁਣ ਤਾਂ ਕੰਟੈਕਟ ਜ਼ਰੂਰ ਕਰਿਓ ਝੰਡੇ ਝੁੰਡੇ ਕਿੰਨੇ ਸਵਾਣੇ ਹੁਣ ਕੱਪੜੇ ਕੁਪੜੇ ਅਤੇ ਜਾਨਵੀ ਦੀ ਖਾਲੀ ਚੀਜ਼ ਜਾਨਵੀ ਨੂੰ ਦੱਸੋ ਕਿੰਨੇ ਚੀਜ਼ ਖਾਲੀ ਮੇਰੇ ਪੁੱਤ ਦੀ ਕਿੰਨੇ ਖਾਧੀ ਖਾਣੀ ਖਾਣੀ ਨਹੀਂ ਖਾਲੀ ਗੋੜੇ ਨੇ ਮਾੜਿਆ ਨੇ ਤੈਨੂੰ ਕਿੰਨੇ ਮਾੜੇ ਨੇ ਹੈਲੋ ਗਾਈਸ ਗੁੱਡ ਮੋਰਨਿੰਗ ਸਾਰਿਆਂ ਨੂੰ ਅਤੇ ਸਵੇਰ ਹੋ ਚੁੱਕੀ ਹੈ ਅਤੇ ਮੈਂ ਸੁੱਤੀ ਹਜੇ ਤੱਕ ਮੇਰੇ ਬੈਕ ਪੇਨ ਬੜੀ ਹੁੰਦੀ ਪਈ ਸੀ ਅਤੇ ਮੈਂ ਸੁੱਤੀ ਪਈ ਸੀ ਜਾਨਵੀ ਵੀ ਮੇਰੇ ਲਾਗੇ ਸੁੱਤੀ ਪਈ ਆ ਅਤੇ ਤੁਹਾਨੂੰ ਮੈਂ ਵਿਖਾਵਾਂ ਬਾਕੀ ਸਾਰੇ ਕੰਮ ਕਰਦੇ ਪਏ ਆ 9 ਵੱਜ ਗਏ ਅਤੇ ਸਾਰੇ ਸਫਾਈਆਂ ਸਫਾਈਆਂ ਕਰਦੇ ਪਏ ਆ ਕਿਉਂਕਿ ਗੈਸਟ ਆਉਣ ਹੀ ਆ ਰਿਹਾ ਅਤੇ ਮੈਨੂੰ ਵੇਖੋ ਕੋਈ ਪਤਾ ਹੀ ਨਹੀਂ ਅਤੇ ਮੈਂ ਅੰਦਰ ਅਰਮਾਨ ਨਾਲ ਲੰਮੇ ਪਈ ਹੋਈ ਹਾਂ ਅਤੇ ਚੈੱਕ ਕਰੋ ਗਾਈਜ਼ ਆ ਵੇਖੋ ਮੇਰੇ ਸਿਰਹਾਣੇ ਸਮਾਨ ਧਰ ਗਏ ਨੇ ਮੈਂ ਸੁੱਤੀ ਹਾਂ ਅਤੇ ਮੇਰੇ ਉੱਤੇ ਸਮਾਨ ਧਰ ਗਏ ਨੇ ਕਹਿੰਦੇ ਸੁੱਤੀ ਰਾ ਤੂੰ ਮਤਲਬ ਸਫਾਈਆਂ ਕਰਦੇ ਪਏ ਆ ਕਹਿੰਦੇ ਸਾਰਾ ਸਮਾਨ ਪਹਿਲਾਂ ਇੱਧਰ ਰੱਖ ਦਿੰਦੇ ਹਾਂ ਫਿਰ ਬਾਅਦ ਵਿੱਚ ਇੱਥੋਂ ਚੁੱਕਾਂਗੇ ਅਤੇ ਆਹ ਵੇਖੋ ਮੇਰੇ ਸਿਰਹਾਣੇ ਮੈਂ ਤੁਹਾਨੂੂੰ ਵਿਖਾਉਂਦੀ ਲਿਫਾਫੇ ਅੜ ਜਾਈਆਂ ਆਹ ਸਾਰਾ ਸਮਾਨ ਇੱਧਰ ਰੱਖ ਗਏ ਆਹ ਜਾਨਵੀ ਵੀ ਜੋਸ਼ੀ ਉੱਠ ਪਈ ਹੈ ਕਿੱਥੇ ਚੱਲਾਂ ਓ ਗਈ ਹੋ ਲੋ ਗਾਈਜ਼ ਹੁਣ ਉੱਠੀਏ ਕੰਮ ਕੁੰਮ ਦੇ ਕੇ ਕੀ ਕੰਮ ਆ ਕੋਟੀ ਪਾਈ ਸਭ ਤੋਂ ਪਹਿਲਾਂ ਬਾਹਰ ਨਿਕਲ ਕੇ ਵੇਖੀਏ ਮੈਂ ਤੁਹਾਨੂੰ ਦਿਖਾਈ ਅੱਜ ਦਾ ਫੰਕਸ਼ਨ ਭੈਣ ਆਈ ਭੈਣ ਦੇ ਸਿਰ ਆਸ਼ਾ ਹੁਣ ਦੀ ਜਿਹੜੀ ਉਹ ਕੰਮ ਕਰਦੀ ਪਈ ਹੈ ਤੇ ਉੱਤੇ ਕੰਮ ਚੱਲਦੇ ਪਏ ਆ ਉੱਤੇ ਕੀ ਹੁੰਦਾ ਪਿਆ ਹੈ ਚਾਨਣ ਤੁਹਾਨੂੰ ਵਿਖਾਉਣੀ ਆ ਉੱਤੋਂ ਦਾ ਉੱਤੇ ਲੱਗਦੀਆਂ ਪਈਆਂ ਚਾਨਣੀਆਂ ਮੁੰਡੇ ਲਾਉਂਦੇ ਪਏ ਆ ਚਾਨਣੀਆਂ ਦੱਸਣ ਦੇ ਤਿਆਰੀਆਂ ਸ਼ੁਰੂ ਹੋ ਗਈਆਂ ਫੰਕਸ਼ਨ ਦੀ ਜਦੋਂ ਟੈਂਟ ਲੱਗ ਜਾਣਗੇ ਫਿਰ ਤੁਹਾਨੂੰ ਵਿਖਾਵਾਂਗੇ ਗਾਈਜ਼ ਹੁਣ ਆਪਾਂ ਕੀਤੀਆਂ ਸਫਾਈਆਂ ਮੈਂ ਹੁਣੇ ਪੋਚੇ ਪੁੱਚੇ ਲਾਏ ਆ ਭਾਂਡੇ ਭੁੰਡੇ ਮਾਂਜੇ ਆ ਅਤੇ ਹੁਣ
ਜਿਹੜੇ ਆਏ ਹੋਏ ਨੇ ਕੀ ਕਹਿੰਦੇ ਉਹਨਾਂ ਹਲਵਾਈ ਹੈ ਨਾ, ਅਤੇ ਹਲਵਾਈਆਂ ਨੂੰ ਦੇਣੀ ਆ ਰੋਟੀ, ਅਤੇ ਹੁਣ ਭੈਣ ਮੇਰੀ ਪਕਾਉਂਦੀ ਪਈ ਆ ਅਤੇ ਮੈਂ ਪੁੱਛ ਪੁੱਛ ਲੜੀ, ਅਤੇ ਸਫਾਈਆਂ ਸਫੂਈਆਂ ਹੋ ਗਈਆਂ ਨੇ ਹੁਣ, ਅਤੇ ਮੰਮੀ ਗਈ ਆ, ਮੰਮੀ ਨੂੰ ਨਾ ਕੱਲ੍ਹ ਆਪਾਂ ਗਏ ਸੀ ਸੂਟ ਲੈਣ, ਅਤੇ ਮੰਮੀ ਦਾ ਸੂਟ ਮਤਲਬ ਨਹੀਂ ਸਹੀ ਸੀ ਪਿਆ ਸੀ, ਵਾਪਸ ਕੀਤਾ ਦੁਬਾਰਾ ਸੀਨ ਵਾਸਤੇ, ਹੁਣ ਮੰਮੀ ਚਲ ਗਿਆ ਉੱਥੇ, ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਉੱਤੇ ਵੀ ਚਾਂਦਨੀਆਂ ਚੂੰਦਨੀਆਂ ਜਿਹੜੀਆਂ ਗਈਆਂ ਨੇ ਅਲੱਗ, ਅਤੇ ਹਜੇ ਤੱਕ ਕਿ ਮੈਂ ਵੀ ਤਿਆਰ ਨਹੀਂ ਹੋਈ, ਚੈੱਕ ਕਰੋ, ਅਤੇ ਚਾਂਦਨੀਆਂ ਚੂੰਦਨੀਆਂ ਗਈਆਂ ਨੇ ਅਲੱਗ, ਦੇਖ ਲਓ ਮੇਜ ਵੀ ਲੱਗ ਗਏ ਆ, ਹੁਣ ਤਿਆਰ ਕੀਤਾ, ਚਾਂਦਨੀਆਂ ਚੂੰਦਨੀਆਂ ਗਈਆਂ ਨੇ ਅਲੱਗ, ਅਤੇ ਹਜੇ ਆਪਾਂ ਤਿਆਰ ਨਹੀਂ ਹੋਏ ਹੈਗੇ, ਅਤੇ ਘਰ ਦੇ ਕੰਮ ਕੁੰਮ ਕਰ ਲਈਏ, ਸਾਡੇ ਸਿਸਟਮ ਸੈੱਟ ਕਰ ਲਈਏ, ਅਤੇ ਫਿਰ ਆਪਾਂ ਤਿਆਰ ਹੁੰਦੇ ਹਾਂ, ਅਤੇ ਹੁਣ ਤੱਕ ਪ੍ਰਾਹੁਣੇ ਨੇ ਵੀ ਆਏ ਨਾ, ਹੁਣ ਮੈਂ ਤੁਹਾਨੂੰ ਹਲਵਾਈਆਂ ਵੱਲ ਜਾ ਕੇ ਵਿਖਾਉਂਦੀ ਹਾਂ ਵੀ ਉੱਧਰ ਕੀ ਬਣਦਾ ਪਿਆ, ਕਿੱਦਾਂ ਲੱਗਿਆ ਹੋਇਆ ਹੈ ਹਲਵਾਈ, ਟੈਂਟ ਟੂੰਟ ਸਮਾਨ ਬਣਦਾ ਪਿਆ, ਆਲੂ ਛਿੱਲ ਲਏ ਗਏ ਆ, ਅਤੇ ਉੱਧਰ ਬਣਦੀਆਂ ਪਈਆਂ ਨੇ ਰੋਟੀਆਂ, ਸੰਦੀਪ ਜੀ ਹੈ ਇੱਧਰ ਲਓ, ਅਤੇ ਬਣਦੀਆਂ ਪਈਆਂ ਰੋਟੀਆਂ, ਦਾਦੀ ਮੇਰੀ ਪਕਾਉਂਦੀ ਪਈ ਹੈ ਰੋਟੀਆਂ ਫਟਾਫਟ, ਦੇਖੋ ਜੀ ਲਓ ਲਓ ਡੱਬੇ, ਇਹ ਕਾਹਦੇ ਡੱਬੇ ਆ, ਰਸਗੁੱਲਿਆਂ ਦੇ, ਰਸਗੁੱਲੇ ਬਰਫੀ ਅਬਰ ਬਰਫੀ ਆਈ, ਬਰਫੀ ਰਸਗੁੱਲੇ ਵਾਈਟ ਗੁਲਾਬ ਜਾਮੁਨ ਸਾਰੇ ਮਿਕਸ ਡੱਬੇ ਆ ਨਾ, ਹੁਣ ਪਤਾ ਨਹੀਂ ਕਿੰਨੂੰ ਕਿਹੜਾ ਡੱਬਾ ਜਾਣਾ ਹੈ, ਸਾਰੇ ਡੱਬੇ ਲੈਣੇ ਆ, ਤੇ ਓ ਤੇ ਕੋਲਡ ਡਰਿੰਕ, ਓ ਕੋਲਡ ਡਰਿੰਕਸ, ਤੇ ਅਸੀਂ ਕਿਹਾ ਵੀ ਡੱਬੇ ਚ ਨਾ ਪਹਿਲਾਂ ਹੀ ਲੈ ਰੱਖ ਲੈਂਦੇ ਹਾਂ ਨਾ, ਵੀਡੀਓ ਵਲੋਗ ਚ ਲੈ ਲੈਣੇ, ਬਾਅਦ ਚ ਪਰਾਹੁਣੇ ਆਏ ਨੇ, ਮੁੜ ਕੇ ਤੇ ਵੰਡੇ ਜਾਣੇ ਆ ਪਰਾਹੁਣੇ ਨੂੰ ਸਾਰੇ ਡੱਬੇ, ਤੇ ਫਿਰ ਤੇ ਪਤਾ ਨਹੀਂ ਚੱਲਣਾ ਹਨਾ, ਸਾਰੇ ਸੱਟ ਕਰਕੇ ਰੱਖ ਲੈਂਦੇ ਹਾਂ, ਰੱਖ ਲਿੱਤੇ ਆ, ਅਤੇ ਹੁਣ ਤੁਸੀਂ ਤੁਹਾਨੂੰ ਮੈਂ ਵਿਖਾਉਣੀ ਆ, ਮੈਂ ਦੂਜੀ ਵਾਰੀ ਰੋਟੀਆਂ ਪਕਾ ਪਕਾ ਕੇ ਨਾ ਦੋ ਵਾਰੀ ਰੋਟੀਆਂ ਪਕਾ ਲਈਆਂ ਨੇ, ਅਤੇ ਹੁਣ ਫਿਰ ਦੁਬਾਰਾ ਕਿਚਨ ਸਾਫ਼ ਕੀਤੀ ਆ, ਅਤੇ ਹੁਣ ਮੈਂ ਹੁਣ ਲੱਗੀ ਹਾਂ ਰੈਡੀ, ਮੈਂ ਤਾਂ ਚੱਲੀ ਹਾਂ ਨਹਾਉਣ, ਅਤੇ ਮੈਂ ਫਿਰ ਬਾਅਦ ਵਿੱਚ ਪਾਉਂਦੀ ਸੂਟ ਪਾਈਏ, ਅਤੇ ਰੈਡੀ ਹੋ ਜਾਈਏ ਜਲਦੀ ਜਲਦੀ, ਵੀ ਇੱਦਾਂ ਫਿਰਦੇ ਪਏ ਆ, ਅਤੇ ਕੱਪੜੇ ਨਹੀਂ ਪਾਏ ਕਿਸੇ ਨੇ, ਲੋ ਵੀ ਗਾਇਜ਼ ਮੈਂ ਹੋ ਗਈ ਹਾਂ ਰੈਡੀ, ਕਿੱਥੇ ਰੈਡੀ ਹੋ ਗਏ ਆਪਾਂ, ਚੱਲੀਏ ਹੁਣ ਉੱਧਰ, ਸਾਡੇ ਬਾਬੇ ਪੀਰ ਦੀ ਜਗ੍ਹਾ, ਮੰਮੀ ਡੈਡੀ ਚੱਲਦਾ ਪਿਆ ਹੁਣ ਬਾਬੇ ਦਾ,
ਲੋ ਜੀ ਹੁਣ ਪਾਉਂਦੇ ਪਏ ਆ ਸਮਾਨ ਟੇਬਲਾਂ ਦੇ। ਮੁੰਡਾ ਸਾਡਾ ਹੱਸਦਾ ਬੜਾ। ਕਿਹੜਾ ਸਮਾਨ ਸਾਰਾ ਹੁਣ ਥੱਲੇ ਰੱਖਦੇ ਪਏ ਆ ਕਿਉਂਕਿ ਹੁਣ ਰੋਟੀ ਦਾ ਟਾਈਮ ਹੋ ਗਿਆ। ਹੁਣ ਰੋਟੀ ਖੋਲਣੀ ਆ ਤੇ ਹੁਣ ਥੋੜਾ ਸਮਾਨ ਕਲੈਕਟ ਕਰ ਲਈਏ। ਪ੍ਰਾਹੁਣੇ ਬੈਠੇ ਬੈਠੇ ਲੋਕ ਲਾ ਲਈਏ ਤੇ ਪ੍ਰਾਹੁਣੇ ਬੈਠੇ ਹੋਏ ਆ। ਹੁਣ ਲੱਗਣ ਲੱਗੀ ਆ ਰੋਟੀ। ਸਾਰੇ ਚੱਲੇ ਗਏ ਆ ਲੱਤਾਂ ਰਾਣੀ ਨੂੰ ਵਿਚਾਰੀ ਨੂੰ ਇੱਥੇ ਬੰਨ ਦਿੱਤਾ ਕਿਉਂਕਿ ਉੱਤੇ ਨਾ ਇਹ ਰੋਂਦਾ ਪਿਆ ਸੀ ਤੇ ਫਿਰ ਉੱਤੇ ਲੋਕਾਂ ਨੂੰ ਵੇਖ ਕੇ ਭੌਂਕਦਾ ਸੀ ਤੇ ਫਿਰ ਇਹਦਾ ਵੀ ਕੁਝ ਸੋਚਣਾ ਪੈਣਾ ਸੀ। ਹੁਣ ਇਹਨੂੰ ਥੱਲੇ ਲਿਆਉਣਾ, ਧੁੱਪ ਬੜੀ ਲੱਗਦੀ ਪਈ ਸੀ ਇਹਨੂੰ, ਨੀ ਕਰਦਾ ਪਿਆ ਤੇ ਬਾਕੀ ਹੁਣ ਰੋਟੀ ਪਾਣੀ ਸਾਰਿਆਂ ਨੇ ਖਾ ਪੀ ਲਿਆ ਵਾ ਤੇ ਹੁਣ ਆਪਾਂ ਕਰਦੇ ਪਏ ਹਾਂ ਰਾਤ ਦੀ ਤਿਆਰੀ। ਹਜੇ ਰੋਟੀ ਰੋਟੀ ਹਜੇ ਲੋਕ ਖਾਣ ਹੁੰਦੇ ਪਏ ਆ ਤੇ ਬੈਠੇ ਹੋਏ ਇੱਥੇ। ਹੋ ਗਏ ਕੰਮ ਫਿਰ, ਸਾਰੇ ਕੰਮ ਹੋ ਗਏ। ਹਾਂਜੀ ਆਵਾਜ਼ ਹੀ ਨਿਕਲਣੀ। ਇਹ ਸਾਡੀ ਭੂਆ ਭੂਆ ਡੀ ਮਾਸੀ ਚੱਕਰ ਮਾਤਾ ਡੀ ਅੱਜ ਕਿਉਂਕਿ ਕਿੰਨੀ ਘੈਂਟ ਲੱਗਦੀ ਪਈ ਆ ਭੂਆ। ਆਹ ਸਾਡੀ ਭੂਆ ਆ ਬੇਬੀ ਭੂਆ। ਤੇ ਲੋਕ ਆਈਜ ਪ੍ਰਾਹੁਣੇ ਚਲ ਗਏ ਸੀ ਅੱਧੇ ਘਰੇ ਤੇ ਮੇਰੀ ਫਰੈਂਡ ਆਈ ਸੀ ਉਹ ਵੀ ਚਲ ਗਈ ਤੇ ਹੁਣ ਮੈਂ ਕੱਪੜੇ ਵਗੈਰਾ ਕਰ ਲਿਆ ਚੇਂਜ ਤੇ ਹੁਣ ਉੱਪਰ ਸਫਾਈ ਕਰੀਏ ਤੇ ਭਾਣ ਸਜਣਾ ਤੇ ਹੁਣ ਜਲਦੀ ਜਲਦੀ ਬਹੁਤ ਟੈਨਸ਼ਨ ਹੋਈ ਪਈ ਹੈ। ਜਲਦੀ ਜਲਦੀ ਸਫਾਈ ਕਰੀਏ।